ਹੋਰ ਚੰਦ ਸਿੰਘ ਜੀ ਠੀਕ ਠਾਕ ਹੋ ਔਰ ਪਰਿਵਾਰ ਦਾ ਕੀ ਹਾਲ ਚਾਲ ਹੈ ਠੀਕ ਠਾਕ ਬੋਦਾਰ ਜੀ ਇਹ ਪੁੱਤਰ ਮੇਰਾ ਕੋ ਦੋਸਤ ਹੈ ਚਰਨ ਸਿੰਘ ਉਹ ਪੁੱਛ ਰਿਹਾ ਹੈ ਬਾਤ ਬਹੁਤ ਹੋ ਰਹੀ ਉਸ ਕਰ ਕੋਈ ਸੰਬੰਧ ਮਤਲਬ ਕਿ ਸੁੱਖ ਸਾਂਦ ਹੈ ਨਾ ਹਾਂ ਸਭ ਠੀਕ ਠਾਕ ਤੁਸੀਂ ਸੁਣਾ ਹੈਲੋ ਦਾਰ ਜੀ ਚਾਹ ਲਓ ਜਾਓ ਬੇਟਾ ਵਾਹਿ ਤੇਰਾ ਸ਼ੁਕਰ ਹੈ ਪਤਾ ਨਹੀਂ ਮੈਂ ਕਿਹੜੇ ਜਨਮ ਦੇ ਪੁੰਨ ਕੀਤੇ ਨੇ ਮੈਨੂੰ ਰੱਬ ਨੂੰ ਮੰਨਣ ਵਾਲੀ ਨਾ ਹੋਊਗੀ ਨਹੀਂ ਦਾਰ ਜੀ ਪੁੰਨ ਤਾਂ ਮੈਂ ਕੀਤੇ ਨੇ ਜਿਹੜਾ ਮੈਨੂੰ ਇੰਨਾ ਪਿਆਰ ਕਰਨ ਵਾਲਾ ਸਾਰਾ ਪਰਿਵਾਰ ਮਿਲਿਆ ਸਾਰੇ ਪਿੰਡ ਤੁਹਾਡੇ ਕੀਤੇ ਕੰਮਾਂ ਦੀ ਸ਼ਲਾਘਾ ਕਰਦਾ ਨਹੀਂ ਸਕਦਾ ਪੁੱਤਰ ਦਰਅਸਲ ਜਿਹੜੀਆਂ ਨੌਵਾਂ ਨੇ ਉਹ ਤੀਆਂ ਹੁੰਦੀਆਂ ਜੀ ਦਾਰ ਜੀ ਹਾਂ ਇਸ ਕਰਕੇ ਸੱਚ ਦਾ ਸਾਥ ਦੇਣਾ ਤਾਂ ਕੋਈ ਤੁਹਾਡਾ ਤਾਂ ਸਿੱਖੀ ਜਿਉਂਦੇ ਰਹੋ ਪੁੱਤਰ ਜਿਉਂਦੇ ਰਹੋ ਸਰਪੰਚ ਸਾਹਿਬ ਮੇਰੀ ਇਹ ਸੋਚ ਆ ਕਿ ਗੁਰਦੁਆਰਾ ਸਾਹਿਬ ਆਤੀ ਜਗ੍ਹਾ ਹੋਰ ਕੀਤੀ ਜਾਵੇ ਮੱਸਿਆ ਦੇ ਸੰਗਰਾਮ ਦਿਨ ਜ਼ਿਆਦਾ ਹੋਣ ਕਰਕੇ ਬੜੀ ਮੁਸ਼ਕਲ ਹੋ ਗਈ ਨਬਦਾ ਸਾਹਿਬ ਗੁਰਦੁਆਰਾ ਸਾਹਿਬ ਦਾ ਕੰਮ ਆਪਾਂ ਸਾਰਾ ਪਹਿਲ ਦੇ ਆਧਾਰ ਤੇ ਕਰਾਂਗੇ ਬਾਕੀ ਕੰਮ ਬਾਅਦ ਚ ਪੰਚ ਸਾਹਿਬ ਪਿੰਡ ਦੇ ਸਟੇਡੀਅਮ ਦਾ ਤੇ ਬਹੁਤ ਬੁਰਾ ਹਾਲ ਹੈ ਜੀ ਪੰਚ ਸਾਹਿਬ ਜੀ ਉਹ ਤਾਂ ਨਸ਼ਿਆਂ ਦਾ ਘਰ ਬਣਾਇਆ ਹੋਇਆ ਉੱਥੇ ਖੇਡਣਾ ਕਿ ਮੰਦਰ ਨੂੰ ਵੀ ਜੀ ਕਰਦਾ ਵੇਖੋ ਵੀਰ ਜੀ ਨਿੱਕੇ ਜਿਹੇ ਮੁੰਡੇ ਦੀ ਸੋਚ ਕਿੱਡੀ ਵੱਡੀ ਹੈ ਜੇ ਸਾਰੇ ਪਿੰਡ ਦੇ ਮੁੰਡਿਆਂ ਦੀ ਸੋਚ ਏਡੀ ਹੋਵੇ ਤੇ ਸਾਡਾ ਪਿੰਡ ਨਸ਼ਾ ਮੁਕਤ ਹੋ ਜਾਏ ਸਰ ਜੀ ਸਟੇਡੀਅਮ ਬਾਰੇ ਤੇ ਸਾਨੂੰ ਜ਼ਰੂਰ ਸੋਚਣਾ ਪਵੇਗਾ ਜੇ ਸਟੇਡੀਅਮ ਬਣ ਜਾਵੇ ਸਾਰੇ ਮੁੰਡਿਆਂ ਦਾ ਖੇਡਾਂ ਵੱਲ ਧਿਆਨ ਹੋਊਗਾ ਸਾਰੇ ਨੌਜਵਾਨ ਨਸ਼ਿਆਂ ਤੋਂ ਮੁਕਤ ਹੋ ਜਾਣਗੇ ਤੇ ਨਸ਼ੇ ਖਤਮ ਹੋ ਜਾਣਗੇ ਇਸ ਲਈ ਸਟੇਡੀਅਮ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਟੇਡੀਅਮ ਬਾਰੇ ਸਾਨੂੰ ਜ਼ਰੂਰ ਸੋਚਣਾ ਪਵੇਗਾ ਮੈਂ ਵੀ ਕਹਿੰਦਾ ਕਿ ਪਿੰਡ ਦੇ ਜਿੰਨੇ ਵੀ ਨੌਜਵਾਨ ਹੈ ਨਸ਼ਾ ਛੱਡ ਕੇ ਤੇ ਖੇਡਾਂ ਵੱਲ ਧਿਆਨ ਦੇਣ ਸਟੇਡੀਅਮ ਤੇ ਗੁਰਦੁਆਰਾ ਸਾਹਿਬ ਦਾ ਕੰਮ ਵੈਗੁਰੂ ਦੀ ਕਿਰਪਾ ਦੇ ਨਾਲ ਜਲਦੀ ਸ਼ੁਰੂ ਕਰ ਦੇਵਾਂ ਕੰਸਲ ਸਾਹਿਬ ਸਾਡੇ ਪਿੰਡ ਦਾ ਵਿਕਾਸ ਹੋ ਰਿਹਾ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦ ਹੈ ਕਿ ਪੱਕੀਆਂ ਸੜਕਾਂ ਬਣ ਰਹੀਆਂ ਇਹ ਤਾਂ ਤੁਹਾਡਾ ਸਾਰਾ ਪਿੰਡ ਵਾਲਿਆਂ ਦਾ ਸਹਿਯੋਗ ਆ ਬਾਕੀ ਵੈਗੁਰੂ ਦੀ ਕਿਰਪਾ ਦੇ ਨਾਲ ਸਾਰਾ ਕੰਮ ਨੇਪਰੇ ਚੜ ਜਾਵੇਗਾ ਸਰਪੰਚ ਸਾਹਿਬ ਕੋਈ ਪਿੰਡ ਦੇ ਹਸਪਤਾਲ ਬਾਰੇ ਵੀ ਸੋਚੋ ਹਾਂਜੀ ਇਹ ਤੇ ਆਪਾਂ ਨੂੰ ਬਹੁਤ ਜ਼ਰੂਰੀ ਹੋਣਾ ਚਾਹੀਦਾ ਹੈ ਕਿ ਪਿੰਡ ਦੀਆਂ ਧੀਆਂ ਭੈਣਾਂ ਜਿਹੜੀਆਂ ਹੈ ਉਹ ਦੂਰ ਨਹੀਂ ਆਪਣੇ ਪਿੰਡ ਦੇ ਹਸਪਤਾਲ ਵਿੱਚ ਹੀ ਜਾ ਸਕਣ ਮੈਂ ਪਿੰਡ ਦੀ ਸਮੂਹ ਪੰਚਾਇਤ ਨੂੰ ਜਿਹੜਾ ਕਿ ਵਿਸ਼ਵਾਸ ਦਿਵਾਉਂਦਾ ਹਾਂ ਕਿ ਸਾਡੇ ਪਿੰਡ ਦੇ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਦਾ ਬਹੁਤ ਜਲਦ ਤੋਂ ਜਲਦ ਜਿਹੜਾ ਨਿਪਟਾਰਾ ਕਰ ਦੇਵਾਂ ਦੱਸਾਂਗਾ ਕਿ ਬਖਤੌਰਾ ਕੀ ਕਰ ਸਕਦਾ।
दार जी कले खेतां दा काम ही देखदे ने ते नाल नाल सारे पिंड दा भी। तुसी सारा दिन इधर उधर घूम के लंगा छड्डदे हो। काम किन्ने के देखी जावां, बंदे कादे नहीं रखे आ। कुछ मेहनत सानू आप नू भी कर लेनी चाहिए है। अक्सर मेहनत ही जीता रब वसदा है। रब नू मन्नण दी तू जो हैगी है, सारे रब नू मन्नी जान। पप्पू किथे आ बई, आ साहब होना पैग शग लवाइए। ਪਹਿਲਾਂ ਸਰਦਾਰ ਹੋਰਾਂ ਨੂੰ ਫੜਾ। ਉਹ ਮੈਂ ਪੀਂਦਾ ਹੀ ਰਹਿੰਦਾ ਵਾ ਜ਼ਰਾ। ਆ ਬਈ ਚਲਾਓ ਪੈਗ ਸ਼ੱਗ। ਆਇਆ ਜੀ ਮਜ਼ਾ, ਸਰਪੰਚ ਸਾਹਿਬ ਦੇ ਘਰ ਜਾਈਦਾ ਨਾ। ਉਹਨਾਂ ਦੀ ਨੂੰ ਐਡਾ ਗਲਾਸ ਚਾਹ ਦਾ ਫੜਾ ਦਿੰਦੀ ਆ, ਮੁੱਕਦਾ ਹੀ ਨਹੀਂ, ਮੁੱਕਦਾ ਹੀ ਨਹੀਂ। ਇੰਨੀ ਦੇਰ ਮੈਂ ਪਾਣੀ ਬੋਤਲ ਚੜਾ ਦੀ ਪਈ ਜਾਂਦਾ। ਉਹ ਫਿਕਰ ਨਾ ਕਰ, ਵਾਧੂ ਸ਼ਰਾਬ ਪਈ ਆ, ਜਿੰਨੀ ਮਰਜ਼ੀ ਪੀ ਤੂੰ, ਸ਼ਰਾਬ ਦਾ ਕੋਈ ਘਾਟਾ ਨਹੀਂ। ਹੈਗੀ ਔਰ ਵਾਧੂ ਸ਼ਰਾਬ ਪਈ ਆ। ਥਾਣੇਦਾਰਾ ਸ਼ਰਾਬ ਜਿੰਨੀ ਕਹੇ, ਪਰ ਮੈਂ ਸਰਪੰਚ ਨੂੰ ਨਹੀਂ ਉਜੀਣ ਦੇਣਾ। ਥਾਣੇਦਾਰਾ ਆਪਾਂ ਹਮੇਸ਼ਾ ਤੇਰੇ ਨਾਲ ਆ ਤੇ ਨਾਲ ਹੀ ਰਵਾਂਗੇ, ਪਰ ਇੱਕ ਗੱਲ ਮੇਰੀ ਧਿਆਨ ਨਾਲ ਸੋਲਾ, ਪਿੰਡ ਵਿੱਚ ਕੋਈ ਮਾੜਾ ਕੰਮ ਕਰਨ ਤੋਂ ਪਹਿਲੋਂ ਇਹ ਸੋਚਣੀ ਕਿ ਪਿੰਡ 'ਚ ਕਿਸੇ ਨੂੰ ਸ਼ੱਕ ਨਾ ਹੋਵੇ, ਕਿਉਂਕਿ ਆਪਾਂ ਵੀ ਮੈਂ ਕਿਸੇ ਨੂੰ ਜਵਾਬ ਦੇਣਾ ਹੁੰਦਾ। ਸ਼ੱਕ ਬਿਲਕੁਲ ਨਹੀਂ ਹੋਣਾ। ਆ ਪੈਗ ਪਾਇਆ ਨਿਕਲ ਜਾ, ਬਸ ਕਰਕੇ ਤੂੰ ਪੈਗ ਨਾਲ ਹੀ ਰਜਣਾ। ਮੈਂ ਤੇਰਾ ਅਫਸਰ ਹੈਗਾ ਤੇ ਅਫਸਰ ਸਾਹਮਣੇ ਕੋਈ ਸ਼ਰਮ ਕਰੀ ਨਹੀਂ, ਸ਼ਰਾਬ ਪੀਣ ਲੱਗਿਆ। ਚੰਗਾ ਵੀ ਸਰਦਾਰਾ, ਗੱਲ ਦਾ ਧਿਆਨ ਰੱਖੀ ਜਿਹੜੀ ਮੈਂ ਸਮਝਾਈ ਆ, ਠੀਕ ਹੈ? ਚੰਗਾ ਸਰਪੰਚ। ਬੋਤਲ ਮੈਂ ਨਾਲ ਲੈ ਜਾ ਜੀ। ਲੈ ਜਾ ਲੈ ਜਾ ਲੈ ਜਾ ਪੁੱਤਰਾ, ਜਿੰਨੀਆਂ ਮਰਜ਼ੀ ਬੋਤਲਾਂ ਲੈ ਜਾ। ਚੰਗਾ ਜੀ ਫਿਰ। ਚੰਗਾ ਜੀ। ਬੰਟੀ ਵੇਖ ਲਾ, ਮੈਂ ਨਾ ਅਖਬਾਰਾਂ ਪੜ੍ਹ ਪੜ੍ਹ ਕੇ ਮੈਨੂੰ ਤੇ ਸਮਝ ਨਹੀਂ ਲੱਗਣ ਡਈ ਕਿ ਸਾਡਾ ਜ਼ਮਾਨਾ ਹੁੰਦਾ ਸੀ 10 ਰੁਪਏ ਲੀਟਰ ਤੇਲ ਹੁੰਦਾ, ਹੁਣ ਤੇ ਦਿਨ ਦਿਨ ਮਹਿੰਗਾਈ ਹੁੰਦੀ ਜਾ ਰਹੀ ਹੈ। ਚੋਰੀ ਤੋਂ ਇਲਾਵਾ ਆਪਣੇ ਖਬਰਾਂ ਹੀ ਨਹੀਂ ਆਉਂਦੀਆਂ। ਦਾਰ ਜੀ। ਹਾਂ ਬੇਟਾ। ਅਸੀਂ ਗੁਰਦੁਆਰੇ ਚੱਲੀਆਂ ਸੀ। ਅੱਛਾ ਬੇਟਾ। ਕਿੰਨੀ ਹੈ ਤੁਸੀਂ ਸਾਰੇ ਵਿਚਾਰ ਦੇ ਨਾਲ ਚੱਲੇ? ਹਰਪ੍ਰੀਤ ਪੁੱਤਰ, ਗੁਰਪ੍ਰੀਤ ਪੁੱਤਰ, ਤੁਸੀਂ ਵੀ ਜਾਓ, ਸਾਰੇ ਕਿਤੇ ਮੱਥਾ ਟੇਕਿਆ ਕਰ। ਉਹ ਯਾਰ ਮੈਂ ਨਹੀਂ ਜਾਣਾ, ਜਾ ਤੂੰ ਚੱਲ ਜਾ ਯਾਰ। ਤੂੰ ਨਹੀਂ ਕਹਿੰਦੇ ਰੱਬ ਦਾ ਨਾਮ ਲਿਆ ਕਰ। ਉਹ ਯਾਰ ਮੇਰੇ ਨਾਲ ਆ ਜਾ ਯਾਰ, ਮੈਂ ਨਹੀਂ ਜਾਣਾ, ਜਾ ਤੂੰ ਚੱਲ ਜਾ ਯਾਰ। ਤੇਰੀ ਮਰਜ਼ੀ। ਚਲੋ ਮੈਂ ਚੱਲ ਜਾਂਦਾ। ਧਿਆਨ ਨਾਲ ਜਾ ਬੇਟਾ, ਕੋਈ ਗੱਲ ਨਹੀਂ, ਫਿਕਰ ਨਾ ਕਰੋ। ਤੁਸੀਂ Oh,
अज रात अपने पिंड विच चोरी करेगा तू ते ना लगेगा उस सरपंच दे शोभे यार मैं कुछ समझे ओ मैं समझाऊंगा तुहानू मैं नहीं बैठा समझाउण वास्ते सरदूल सिंह दे घर अज कोई नहीं ओदे ताले तोड़ेगा तू मेरा पुत्र बैठा ना तू पुत्रा उस सरपंच दे छोकरे नू रात नू इन्नी शराब पिला इन्नी शराब पिलानी कि अपने होश गवा बैठे बापू तू फिकर ना कर मैं उसनू इन्नी शराब पियाऊंगा उसनू शराब नाल नहा देंगा ओ मैनू तेरे तो एहो ही उम्मीदा पुत्रा नाले मुंडा कीदा तू बखतौरे दा मुंडा है जे तुहाडी स्कीम कामयाब हो गई ना सवेरे पिंड विच रोला पा लेंगे बाकी काम तुहाडे ठाणे दा ओ पुत्रा तेरे तो तेरे बापू नु एहो ही उम्मीद ते बाकी रही गल ठाणेदार साहब तुहाडी हुण तुहाडा जराना नवाउण दा टाइम आ बस दादा फिकर कर मैं ते लभ तड़का एहो जिहा कि जिंदगी दी याद करूं लगा सारा जज ओ हरप्रीत सरपंच का मुंडा आ गया अज राज का प्रोग्राम जो है पक्का किया जाए कोई गल नहीं राज तू फिक्र ना कर वो काम बाकी मेरा ठीक की गल हरप्रीत अजकल तू दसदा नहीं नजर नहीं आता यार तेरे को हुक्म कर अज रात नूं जशन ही हवेली आना ही गल ही कोई नहीं पुराने यार वेली कट्ठे होने हैं यार बुलावे ते मैं ना आवां चल हरप्रीत लेट होने ही साला वड्डा लेट होंदा राती आई राती तेनू लेट करांगे ओ जज देख लैन बड़ेडा दुखा ओए तू की ओदा मैं सलाहवा करी जन्ना तेनू पता ना ओ चंगे बंदे नहीं है उन्ना ना घट वध ही रहा कर बाद च पछताएगा ओए एवें ना डरया कर जज उस सरपंच के मुंडे को फोन कर वो अजे तक आया क्यों हमने फोन करता हूँ हेलो ओ हाँ हरप्रीत वो कितने यार तेरा इंतजार करते पे अस तक गलासगंज जाके बैठे हैं चल आ जा आ जा जल्दी आ जा तेरा इंतजार करते पे लो जी मुर्गा ला के डाल दे अच्छा हुण तुसीं अपना काम करियो मैं उहनूं पैग बारे लाऊंगा परवाह नहीं कर तू इहनूं बिठा के अपना काम कर मैं अपना काम कर ठीक है एक एक चक दे भाई ने उसके बाद देखेंगे हर ग्लास जशन हरप्रीत दी खुशी दा और नहीं हरप्रीत दी बर्बादी दा खुशी दा ओदी बर्बादी हो लगी है अच्छा चुप वाह वाह वाह
ਰਾਤੀ ਵੀ ਚੋਰੀ ਆਈ ਪਿੰਡ 'ਚ ਉੱਥੇ ਤੇਰਾ ਨਾਂ ਲੱਗ ਗਿਆ ਤੇ ਪੁਲਿਸ ਤੈਨੂੰ ਲੱਭਦੀ ਫਿਰਦੀ ਸਾਰੇ ਪਿੰਡ ਸਮਝਾਇਆ ਸੀ ਨਾ ਨਹੀਂ ਨਾ ਸੁਧਰਿਆ ਮੈਂ ਕਿਉਂ ਭੱਜਾਂ ਜਦੋਂ ਮੈਂ ਕੁਛ ਕੀਤਾ ਨੀ ਫਿਰ ਕਿਉਂ ਮੈਂ ਭੱਜਾਂ ਉਹ ਤੂੰ ਨਿਕਲ ਜਾ ਪੁਲਿਸ ਕਿਸੇ ਦੀ ਨਹੀਂ ਸੁਣਦੀ ਮੈਂ ਆਪੇ ਸਾਂਭ ਲਾਂਗਾ ਤੂੰ ਨਿਕਲ ਇੱਥੋਂ ਚੱਲ ਕਿੱਥੇ ਗਿਆ ਬੰਦਾ ਤੇਰਾ ਉਹ ਇੱਧਰ ਗਿਆ ਜੀ ਇੱਧਰ ਕਿਤੇ ਇੱਧਰ ਤੇ ਪਾਕਿਸਤਾਨ ਆ ਪਤਾ ਨੀ ਫਿਰ ਵੇਖ ਲਓ ਜਾ ਕੇ ਉਹ ਕੋਠੇ ਚੜ੍ਹਨ ਡਿਆ ਜੀ ਉਹ ਵੇਖੋ ਉਹ ਕੋਠੇ ਚੜ੍ਹਨ ਡਿਆ ਜੀ ਮੈਨੂੰ ਬੜਾ ਲੜ ਕੋਈ ਨੀ ਫਿਰ ਫੜ ਲਾਂਗੇ ਓਹਨੂੰ ਚੱਲ ਫਿਰ ਫੜ ਲਾਂਗੇ
ਉਹ ਦੂਜੇ ਕਿੱਥੇ ਬੰਦੇ ਗਏ ਨੇ ਓਏ ਉਹਦੀ ਆਪਣੇ ਅੱਗੇ ਹੀ ਆ ਸਾਸੂ ਚੜੇ ਆ ਉਹ ਡਿੱਗੇ ਹੋਣੇ ਕਿਤੇ ਉੱਥੇ ਵੀ ਕੇ ਹੇ ਸੱਚਿਆ ਪਾਤਸ਼ਾਹ ਹੇ ਮੇਰੇ ਵਾਹਿਗੁਰੂ ਇਹ ਜਿੱਥੇ ਕਿੱਥੇ ਵੀ ਹੋਣ ਬਿਲਕੁਲ ਠੀਕ ਠਾਕ ਹੋਣ ਤੁਹਾਡੀ ਕਿਰਪਾ ਹੇਠ ਹੋਣ ਸਾਡੇ ਘਰ 'ਚ ਸੁੱਖ ਸ਼ਾਂਤੀ ਬਖਸ਼ੋ ਸਾਡੇ ਘਰ 'ਤੇ ਜੋ ਵੀ ਮੁਸੀਬਤ ਆਈ ਹੈ ਇਹ ਜਲਦੀ ਤੋਂ ਜਲਦੀ ਦੂਰ ਹੋ ਜਾਵੇ ਵਾਹਿਗੁਰੂ ਜਨਾਬ ਆਪਣੇ ਤੇ ਹੱਥ ਖੜੇ ਹੀ ਆਪਣੇ ਕੋਲ ਨਹੀਂ ਹੁਣ ਭੱਜਿਆ ਜਾਂਦਾ ਇਹਨਾਂ ਦੇ ਕੋਠਿਓ ਸਾਲ ਛਾਲਾਂ ਮਾਰਨ ਦੀ ਬੜੀ ਪ੍ਰੈਕਟਿਸ ਆ ਤੇ ਨਾਲੇ ਬੇਕਸੂਰ ਤੇ ਹੈਗਾ ਇਹਦੇ ਮਗਰ ਆਪਾਂ ਕਿਉਂ ਕਹਿ ਅਸਲੀ ਚੋਰ ਨੂੰ ਖੜੀਏ ਜਾ ਕੇ ਚਲੋ ਥਾਣੇ ਚੱਲਦੇ ਆਪਾਂ ਜਾ ਰਹੇ ਚਲੇ ਜਾਣ ਨਾਲ ਮੇਰਾ ਹੁਣ ਘਰ ਚਿੱਤ ਜਿਹਾ ਨਹੀਂ ਲੱਗਦਾ ਮੇਰਾ ਇਹ ਦਿਲ ਕਰਦਾ ਕਿ ਮੈਂ ਹੁਣ ਗੁਰਦੁਆਰੇ ਜਾ ਕੇ ਉੱਥੇ ਸੇਵਾ ਕਰਾਂ ਪੁੱਤਰ ਪਹਿਲਾਂ ਹਰਪ੍ਰੀਤ ਗਿਆ ਹੁਣ ਤੂੰ ਹੀ ਚਲੀ ਚੱਲੀ ਆ ਜੇ ਤੇਰਾ ਘਰ ਵਿੱਚ ਚਿੱਤ ਨਹੀਂ ਲੱਗਦਾ ਜਾਂ ਤੂੰ ਹੀ ਸੇਵਾ ਕਰ ਜਲਦੀ ਮੇਰੀ ਧੀ ਵਾਪਸ ਆ ਜਾ ਮੰਨਣਾ ਪੈਂਦਾ ਰੱਬ ਦਾ ਪਾਣਾ ਦਿੰਦਾ ਪੱਥਰਾਂ ਵਿੱਚ ਵੀ ਦਾਣਾ
फड़ ला दे वे रुखा नू उद कोई पता नहीं लगता कद फड़ ला दे रुखा नू गल नहीं तू चिंता ना करके गल दी इच्छे लाग गुरुद्वारा है तू उते जा तेनू बाबे ने सीधे रस्ते पा देना बंदिया कर लहे नेक कमाईया हुंदिया सेवा हाथ वडियाईया हुंदिया सेवा हाथ वडियाईया हुंदिया सेवा हाथ वडियाईया बंदिया कर लहे नेक कमाईया हुंदिया सेवा हाथ वडियाईया पंछी गल्ला सच सुनाईया पंछी गल्ला सच सुनाईया लगता कद फड़ ला दे रुखां नूं कोई पता नहीं लगता कद फड़ ला दे रुखां नूं एक तां विरोधी धिर नहीं सूत्रों की दूजा मेरा ये गोडा नहीं ठीक आओ ठाणेदार साहब आओ की हाल चाल है बैठो काका चेयर छड साहब उन्होंने बैठण दे सरपंच दी नूं वी घर छड के चल गई अच्छा ठीक दिल दी खबर खबर वाह साफ साफ होंगे ने वा तारे तो चंद बना वाला वह चुना बहुत सुना सरदारा थानेदारा सरपंच दे उस बदतमीज मुंडे नूं जल्दी तो जल्दी फड़ के जेल विच दे दे मैं जेल विच बंद देखना चाहना आ तू जिन्ने मर्जी मेरे को पैसे ले दादा तू फिकर ना कर एक ना एक दिन मेरे हाथ च आएगा किन्ना जिरा लुकण में की करेगा चंगा सरदारा मैं चला ही ओता गल ठीक है के बकरे दी मां किन्ना चिर त्रीनिया सुखेगी आखिर ता तलवार दी पेट होएगी छोटी जी गल दो दो रुपए किलो गाजर मूलिया बाजार मिलदिया मैं तेन आपे ला दू चल चलो जनाब चलो इन मैं लैके देना मूलिया इलेक्शन लग गया चुकी है मसले हल होने चाहिए तुरंत हल होने चाहिए जितों तक सानू जोर लाना पवे आपां पब्लिक दा साथ लै गए ये हल करने कोई गल नहीं जिहड़ा भी मसला तुहाडा होया मैं पहल दे आधार ते करांगा मंत्री साहब दे नाल गल होई है ए मंत्री साहब कहिंदे सी कि शायद मार्च अप्रैल दे विच पहले हफ्ते जिहड़ा असीं जिहड़ा तुहाडा जिन्ना भी मसला हल कर देंगे क्योंकि मंत्री साहब दे नाल सारी गल हो चुकी गलियां दा काम तुहाडा बहुत ही जल्दी शुरू हो रहा ये सब कुछ पास हो चुका वा तुसीं जल्दी देखोगे कि सब कुछ काम शुरू हो रहा जो
सरपंचा किधर जा रहे हैं? वेद बुक्तावर सिंह तुम्हें पिंड का सरपंच रहा ते मैं भी मौजूदा सरपंच हाँ थोड़ा जा इज्जत दे नाल बोली दा हुंदा बख्तार सिंह इज्जत करे ता बड़ी करदा है पर जे कदे दुश्मनी करे क्यों ढोलिया ठीक है सरदारा ठीक है कर दांगे वट अहीं तेरे नाल आ अच्छा बख्तार सिंह हुण मेरे मन ते बड़ी टेंशन है फिर गल करां टेंशन ता सरपंच साहब होनी आ जो मुंडे ने जोरिया करनिया टेंशन इस प्यो नी होनी ते किन्नू होनी किन्नू होनी ठीक है क्यों टोलिया ठीक है ओदा बख्तार सिंह रब ही जानता चोरी किन्ने कीती आ ते कौन झूठा टोलिया हाजी हाजी इस सरपंच दा भी एक दिन ढोल बजाउणा ही पैणा आ चीका कढाणा चीका हाँ जी थानेदार साहब बैठो किवें आने हुए ने सरपंच साहब बड़ा चिर हो गया ताजे मुंडियां पुलिस नाल लुकण विच खेड़दियां ते जिन्नी जल्दी होवे उन्नू पेश कर दिओ किधरे ऐन होवे मजबूर है मैनू ताजे विरुद्ध कार्रवाई करके थाने खन्ना पवे ओ थानेदार दास जी नाल बदतमीजी बहुत महंगी पौगी तैनू ਇੰਨਾ ਕੁ ਕਾਨੂੰਨ ਤਾਂ ਅਸੀਂ ਵੀ ਜਾਣਦੇ ਹਾਂ ਕਿਹੜੇ ਕਾਨੂੰਨ ਦੀਆਂ ਗੱਲਾਂ ਕਰਦਾ ਤੂੰ ਨਾ ਬੇ ਬੜਾ ਗਰਮੇ ਇਹਨੂੰ ਨਾ ਲੈ ਦੇਣੀ ਸਾਡੇ ਗਰਮੀ ਤਾਂ ਉਹਨੇ ਵੇਖੀ ਬੜੀ ਸੀ ਛੱਡਿਆ ਸਰਦਾਰ ਸਾਹਿਬ ਸਾਡਾ ਮੁੰਡਾ ਇਹੋ ਜਿਹਾ ਨਹੀਂ ਆ ਹਰ ਮਸਲੇ ਦਾ ਹੱਲ ਹੁੰਦਾ ਹੈ ਥਾਣੇਦਾਰ ਸਾਹਿਬ ਜਿਸ ਦਿਨ ਮੇਰਾ ਲੜਕਾ ਆ ਜਾਏਗਾ ਮੈਂ ਉਹਨੂੰ ਤੁਹਾਡੇ ਪੇਸ਼ ਕਰਾ ਦੇਵਾਂਗਾ ਅਗਰ ਜੇ ਉਹਦਾ ਕੋਈ ਕਸੂਰ ਹੋਏਗਾ ਤਾਂ ਮੈਂ ਕੋਲ ਖਲੋ ਕੇ ਗੋਲੀ ਮਰਵਾ ਦੇਵਾਂਗਾ ਪਰ ਜੇ ਉਹ ਬੇਕਸੂਰ ਹੋਇਆ ਥਾਣੇਦਾਰਾ ਤਾਂ ਫਿਰ ਆਪਣਾ ਹਿਸਾਬ ਲਾ ਲਈ ਜਿੰਨੀਆਂ ਕੁ ਤੂੰ ਵਕਤ ਹੋ ਰਿਹਾ ਕੋਈ ਰਿਸ਼ਵਤਾਂ ਲਈਆਂ ਨਾ ਮੈਂ ਸਭ ਜਾਣਦਾ ਹਾਂ ਤੇਰੇ ਉੱਪਰ ਕਾਨੂੰਨ ਤੱਕ ਮੈਂ ਜਾਣਦਾ ਹਾਂ ਹੁਣ ਉਹਨਾਂ ਨਾਲ ਗੱਲ ਹੋਏਗੀ ਕੋਈ ਨਹੀਂ ਕਾਕਾ ਤੈਨੂੰ ਵੀ ਵੇਖ ਲਾਂਗੇ ਥਾਣੇਦਾਰ ਸਾਹਿਬ ਗਰਮ ਹੋਣ ਦੀ ਜ਼ਰੂਰਤ ਕੋਈ ਨਹੀਂ ਮੈਂ ਆਪ ਸਮਝਾ ਦਿਆਂਗਾ ਨਾ ਇਹਨੂੰ ਚੰਗੀ ਤਰ੍ਹਾਂ ਸਮਝਾ ਦੇ ਮੁੰਡੇ ਨੂੰ ਹਾਂਜੀ ਸਰਪੰਚ ਸਾਹਿਬ ਸਾਨੂੰ ਪਤਾ ਲੱਗਾ ਕਿ ਮੁੰਡੇ ਦੇ ਉੱਪਰ ਇਲਜ਼ਾਮ ਲੱਗਾ ਪਰ ਅਸੀਂ ਜਾਣਦੇ ਹਾਂ ਕੋਈ ਬਿਲਕੁਲ ਨਿਰਦੋਸ਼ ਹੈ ਔਰ ਸਾਰੇ ਪਿੰਡ ਦੀ ਸੰਚਾਇਤ ਮੈਂਬਰ ਪੰਜਾਇਤ ਸਾਰੇ ਇਲਾਕਾ ਤੁਹਾਡੇ ਨਾਲ ਹੈ ਤੇ ਤੁਸੀਂ ਕਿਸੇ ਗੱਲੋਂ ਘਬਰਾਉਣਾ ਨਹੀਂ ਕਿਉਂ ਸਾਹਿਬ ਜੀ ਠੀਕ ਹੈ ਜਸਿੰਦਰ ਸਾਹਿਬ ਮੈਂ ਵੀ ਅੱਗੇ ਹੀ ਵਿਚਾਰ ਕਰ ਰਿਹਾ ਸੀ ਮੈਂ ਐਸ ਐਸ ਪੀ ਸਾਹਿਬ ਨੂੰ ਮਿਲਣ ਵਾਸਤੇ ਜਾ ਰਿਹਾ ਇਹ ਸਾਰੇ ਨਾਲ ਚੱਲਦੇ ਤੁਹਾਡੇ ਸਾਰੀ ਪੰਚਾਇਤ ਨਾਲ ਹੈ ਇਲਾਕਾ ਤੁਹਾਡੇ ਨਾਲ ਹੈ ਚਲੋ ਸਾਰੇ ਇਕੱਠੇ ਹੀ ਚੱਲਦੇ ਹਾਂ ਠੀਕ ਹੈ ਜੀ ਤੁਹਾਡੀ ਮਰਜ਼ੀ ਬੈਠੋ ਬੇਟਾ ਚਲ ਤੁਸੀਂ ਖੇਡੋ ਬੇਟਾ बैठो ਲੱਗੇ ਮੇਰੀ ਗੱਲ ਇੰਨੀ ਨਗਰ ਬੜੀ ਸਰਪੰਚ ਸਾਹਿਬ ਮੈਂ ਸਭ ਕੁਛ ਪੜ੍ਹ ਲਿਆ ਧਰਮ ਨਾਲ ਬਿਲਕੁਲ ਇਨਸਾਫ ਹੋਏਗਾ ਮੈਂ ਉਹਨਾਂ ਗੱਲ ਕਰ ਐਸ ਐਸ ਪੀ ਸਾਹਿਬ ਥਾਣੇਦਾਰ ਸਾਹਿਬ ਅਤੇ ਪਿੰਡ ਦੇ ਸਾਬਕਾ ਸਰਪੰਚ ਉਹ ਪਿੰਡ ਦੇ ਸਾਡੇ ਨਾਲ ਰਾਗ ਭਾਜੀ ਦੇ ਨਾਲ ਮੇਰੇ ਮੁੰਡੇ ਨੂੰ ਬਿਨਾਂ ਕਿਸੇ ਗੱਲ ਤੋਂ ਜਿਹੜੇ ਚੋਰੀ ਦਾ ਇਲਜ਼ਾਮ ਪੈ ਰਹੇ ਇਸ ਵਿੱਚ ਉਸਦਾ ਕੋਈ ਵੀ ਕਸੂਰ ਨਹੀਂ ਮੈਂ ਪਿੰਡ ਦੀ ਪੰਚਾਇਤ ਦੇ ਕੋਲੋਂ ਉਹਦੇ ਹੱਕ ਦੇ ਵਿੱਚ ਸਾਰਾ ਕੁਛ ਪੰਚਾਇਤ ਦੇ ਕੋਲੋਂ ਲਿਖਵਾ ਕੇ
एक तुहाडे पास मेजर नवा लै देना। तुहानू पूरा पूरा इंसाफ मिलेगा। रीडर साहब प्लीज मेरे खाने फोन लाओ। बहुत बहुत तुहाडी मेहरबानी। सब फोन लग गया पर इहदी बहुत ही गलत रिपोर्ट आई। नमस्कार सर जी। हाँ नमस्कार। यो तुहाडे थाने विच की चक्कर चल रहा सरपंच साहब दे नाल? यस सर। मेरे कोल बैठे ने बहुत बार बंदे पिंड दे लिया के मेजर नवां नाल दित्ता ले। उन्हां दी गल्लां तों मैनूं इह लग रहा कि वाकई उन्हां दा बेटा जिहड़ा बेकसूर हो रहा उहनूं क्यों परेशान कीता जा रहा। 24 घंटे दे विच विच मैनूं इस रिपोर्ट चाहीदी आ। ਕਦੀਆਂ ਪਹਿਲਾਂ ਵੀ ਸ਼ਿਕਾਇਤਾਂ ਬੜੀ ਆਈਆਂ ਵਾ। ਯੈਸ ਸਰ। ਹਾਂ 24 ਘੰਟੇ ਦੇ ਵਿੱਚ ਵਿੱਚ ਨੂੰ ਪ੍ਰੋਪਰ ਰਿਪੋਰਟ ਚਾਹੀਦੀ ਹੈ ਕੀ ਹੋ ਰਿਹਾ ਕੀ ਬਣ ਰਿਹਾ। ਠੀਕ ਹੈ ਸਰ ਜੀ ਮੈਂ ਤੁਹਾਡੇ ਕੋਲ 24 ਘੰਟੇ ਦੀ ਕਾਰੇ ਕਰਕੇ ਘਰ ਕੋ ਆ ਗਿਆ ਨੰਦਨ ਜੀ ਸਰ। ਠੀਕ ਹੈ ਨਾ ਓਕੇ। ਮੁੰਸ਼ੀ ਜੀ ਸਰ ਸਰਪੰਚ ਸਾਹਿਬ ਬਣ ਗਏ ਨੇ ਐਸਐਸਪੀ ਸਾਹਿਬ ਕੋ ਜੀ। असली बंदे फंडे पैने जी साहब। तो इस तरह कर जी फोर्स तैयार कर। ठीक है ठीक है ओके। कोई सरपंच साहब तुम्हें पूरा पूरा इंसाफ मिलेगा। ठीक बहुत बहुत एक्चुअली की तक तुम रिपोर्ट आ रहे हैं। ओके ਤੇਰੇ ਨਾਲਾ ਪੈਕ ਲੱਗੇ ਪੀਣ। ਹਾਂ ਬੁੱਲੇ ਬੁੱਲੇ ਬਈ ਚੋਰੀਆਂ ਕਰੀਏ ਅਸੀਂ ਤੇ ਨਾਲ ਆਉਣਾ ਹੈਪੀ ਦਾ। लेना हो तो चमकिया खावेगा। ਇਹਦਾ ਕੰਮ ਦਿੱਤਾ ਜੀ ਉਦਾਂ ਹੀ ਬੈਠਾ ਉਦਾਂ ਘਾ ਪਿਆ ਸਾਰਾ ਹੀ। ਅਸੀਂ ਬਖਤਾਵਰ ਸਿੰਘ ਦੇ ਬੰਦੇ ਆ। ਕੀ ਆ ਬਖਤਾਵਰ? ਤੁਸੀਂ ਜਾਣਦੇ ਨਾ ਕੌਣ ਆ ਬਖਤਾਵਰ? ਉਹ ਵਕਤ ਭੁੱਲ ਗਏ ਹੋ ਖਾ ਖਾ ਕੇ ਢਿੱਡ ਵਧਾਇਆ ਸੀ। ਹੈ ਬਖਤਾਵਰ ਸਮਝਦਾ ਕੀ ਆਪਣੇ ਆਪ ਨੂੰ? ਓਏ ਕਿਹੜਾ ਬਖਤਾਵਰ ਕਿਹੜਾ ਬਖਤਾਵਰ ਹੈ? ਫੋਨ ਦੱਸੋ ਇਹਨਾਂ ਦਾ ਕੀ ਕਰੀਏ? ਭੁਗਤਾ ਪਾਣੀ ਛੱਡ ਲੈ ਜਾ ਉੱਧਰ। ਜਿਹੜੇ ਮੁਸੀਬਤ ਪਾਏ ਨਾ ਸਾਡੇ ਨਾਲ ਸਰਪੰਚ ਨੇ ਪਾਇਆ ਹਾਲੇ ਲੱਭੀਏ ਕੋਈ ਲੈ ਜਾ ਉੱਧਰ। ਉਹ ਦੋ ਘੁੱਟ ਪਾਣੀ ਪਿਆਦੇ ਫੜਿਆ ਪਾਣੀ ਪਾਣੀ ਹੈ ਪਾਣੀ ਪਿਆਦੇ ਤੈਨੂੰ। ਉਹ ਸੰਤਰੀ ਪਾਣੀ ਲਿਆ ਲੈ ਪਾਣੀ ਪਾਣੀ ਪਿਆਦੇ ਲਮਾਰੀਆਂ ਤੋੜ ਲੀਆਂ ਚੋਰੀਆਂ ਕਰ ਲੀਆਂ ਚੋਰੀ ਕਰਨੀ ਸੌਖੀ ਆ ਪਾਣੀ ਪਿਆਦੇ ਜਾ ਆਪਣੇ ਦੇਖੋ। ਉਹ ਪਿਆਰੇ ਜੋ ਪਾਣੀ ਨਹੀਂ ਪਿਲਾਉਣਾ ਤੇ ਮੇਰੇ ਛੋਟੇ ਜਿਹੇ ਬੱਚੇ ਨੂੰ ਤੇ ਮੇਰੀ ਔਰਤ ਨੂੰ ਬੁਲਾ ਦਿਓ। ਕੀ ਨਾਂ ਉਹਦਾ ਓਏ? ਪਿੰਕੀ ਨੂੰ ਬੁਲਾ ਦਿਓ। ਪਿੰਕੀ ਕਿਹੜੀ ਮੋਗੇ ਵਾਲੀ? ਪਿੰਕੀ ਅੰਮ੍ਰਿਤਸਰ ਵਾਲੀ ਮੇਰਾ ਛੋਟਾ ਜਿਹਾ ਬੱਚਾ। ਮਾਮੀ ਬਾਲਦਾਰ? ਹਾਂਜੀ ਸਰ। ਉਹਨੂੰ ਪ੍ਰਸ਼ਾਦ ਨੂੰ ਦਿੱਤਾ ਕਿ ਚੰਜ ਤਰਾ? ਉਹਦੀ ਮਾੜੀ ਜੀ ਖੁਦ ਕੀ ਲਾਈ ਆ ਉਹਨੂੰ ਦੱਸਿਆ ਹੀ ਆ ਵੀ ਉਹ ਆਇਆ ਇੱਥੇ। ਉਹਨੂੰ ਬਾਹਰ ਲੈ ਗਿਆ ਉਹਨੂੰ ਮੈਂ ਪ੍ਰਸ਼ਾਦ ਦਿੰਦਾ ਇਹਦਾ ਚੰਗੀ ਤਰ੍ਹਾਂ ਲਿਆ ਫੜ ਕੇ ਜਲਦੀ। ਉਹਨੇ ਜਿਹੜੀ ਭਸੂੜੀ ਪਾਈ ਹੋਈ ਮੈਨੂੰ ਲੈ ਗਿਆ ਸ਼ਾਬਾਸ਼। ਪਾਵਾ ਨੂੰ ਲੰਮੇ ਸਰ ਦਾ ਲੱਗਦਾ ਸਾਡਾ ਚਲੋ ਲੰਮੇ ਪਾਵਾ ਸਿੱਧਾ ਮਾਮਾ ਨਾਨਕੇ ਆਇਆ ਸਿੱਧਾ ਉਹ ਜਾਂਦ ਮੋਦੀ ਵਾਲਿਓ ਦੱਸ ਜਾਂਦ ਚੰਗੀ ਹੋਰ ਮੈਂ ਬਦਨਾਮੀ ਬੋਲ ਚੋਰੀ ਕਰਕੇ ਸਰਪੰਚ ਦੇ ਮੁੰਡੇ ਨੂੰ ਤੂੰ ਫਸਾਇਆ ਨਾ।
मैं भक्त होने के कहते मैं कर्म किया, मैं वो कहते सारा काम किया, भगतौर सिंह के कहते चले गए ने, आज तक यू घर नहीं पहुंचे, मैं बहुत परेशान हूं बाबा जी। इधर तो कोई व्यवस्था नहीं है बेटा, थोड़ी देर से साढ़े को सिंह एक बड़ा नरासा आया ही, हो सकता कभी वही ना होए, बुला के तुम्हें बेटा मनाने हैं, वो होएगा इससे तेरा अपनी बड़ी कृपा रहम दिखा देनी है, कि तब तो कर दोनों जोड़ी ने कर भेजा क्या भी मैनू जिंदगी दी सारिया खुशियां मिल गईयां इस दर तो। जी से बैठो। हबीर जी से की बड़े पुलिस पर मेरा चोर आए, असली चोर पढ़ लिया पर क्या डा फोन आया है कल, तो मैं असले कारे कर दे शाबाश, ते मैं गिरफ्तार कर लिया सरो, असल चोर ते फड़ लिया है। अच्छा ए लाई मुझे दो जी अपन महकमे का अपनी ड्यूटी ड्यूटी समझी दा, मुंडा बिलकुल बेकसूर है, बिलकुल नहीं परेशान करना, हूँ मैं नैक्सट कोई भी गलत रिपोर्ट आई ठीक ठाक जे की बनया पीदा मेजर सिंह गल चलन रही है, बाकी परमात्मा ते डोरियां, चलो जी उत्ते जे डोरियां रखी महाराज सही करूगा। चार किले फिर दवा दे सानू, तेरा भी हिस्सा पानी कट दांगे, कोई गल नहीं आ सवेरे दवा देने आ।
ਹੋਰ ਵੀ ਠਾਣੇਦਾਰਾ ਕਿੱਦਾਂ? ਮੈਂ ਤਾਂ ਠੀਕ ਆ, ਤੂੰ ਸੁਣਾ? ਬਹੁਤ ਵਧੀਆ। ਤੈਨੂੰ ਮੈਂ ਬੜਾ ਸਮਝਾਇਆ ਸੀ ਪਰ ਤੂੰ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ। ਸਾਰੇ ਪਿੰਡ ਵਿੱਚ ਧੁੰਮਾਂ ਪੈ ਗਈਆਂ ਕਿ ਤੂੰ ਜਿਹੜੇ ਮਾੜੇ ਧੰਦੇ ਕਰਦਾ। ਮੈਨੂੰ ਉੱਪਰੋਂ ਹਾਜ਼ਰ ਆਇਆ ਸਰਦਾਰਾ। ਉੱਪਰੋਂ ਕਿੱਥੋਂ? ਕੋਠੇ ਤੋਂ ਜੀ। ਤੇ ਹੁਣ ਕੀ ਕਰਨਾ ਪਊਗਾ ਥਾਣੇਦਾਰ ਸਾਹਿਬ? ਸਰਦਾਰਾ, ਇਹ ਉੱਪਰੋਂ ਆਏ ਤੇਰੇ ਨਾਂ ਦੇ ਬ੍ਰਾਂਟ, ਮਜਬੂਰਨ ਮੈਨੂੰ ਹੁਣ ਤੈਨੂੰ ਗ੍ਰਿਫਤਾਰ ਕਰਨਾ ਪੈਣਾ। ਉਹ ਲਾਲ ਤੋਂ ਹੈ ਤੇਰੀ ਯਾਰੀ ਦੇ। ਠੀਕ ਹੀ ਸਿਆਣੇ ਕਹਿੰਦੇ ਕਿ ਪੁਲਿਸ ਵਾਲੇ ਯਾਰ ਨਹੀਂ ਹੁੰਦੇ। ਯਾਰ ਤੇ ਆਪਾਂ ਹੁਣ ਵੀ ਗਿਆ ਪਰ ਮੈਂ ਮਜਬੂਰ ਹਾਂ। ਉਦਣ ਨਹੀਂ ਸੀ ਮਜਬੂਰ ਜਿੱਦਣ ਦੱਤੀਆਂ ਦੀਆਂ ਦੱਤੀਆਂ ਨੋਟ ਖੜਦਾ ਸਾਂ ਥਾਣੇਦਾਰਾ। ਮੈਂ ਤੈਨੂੰ ਜਿਹੜੀ ਗੱਲ ਕਹੀ ਨਾ, ਚੁੱਪ ਕਰਕੇ ਮੇਰੇ ਨਾਲ ਥਾਣੇ ਚੱਲ ਜਾ। ਚੱਲ ਮੈਂ ਚੱਲਦਾ ਨਾਲ ਤੇਰੇ। ਇਹਦਾ ਮਤਲਬ ਮੇਰਾ ਪੈਗ ਗਿਆ? ਪੈਗ ਦਾ ਛੱਡੋ, ਚਾਹ ਪੀ ਲਓ ਹੁਣ, ਚਾਹ ਪੀ ਲਓ ਹੁਣ। ਉਹ ਬਹਿ ਜਾ, ਤੈਨੂੰ ਆਪਣੇ ਪੈਗ ਦੀ ਪਈ ਆ, ਮੈਨੂੰ ਆਪਣੀ ਨੌਕਰੀ ਦੀ ਪਈ ਆ। ਚਾਹ ਸਰਦਾਰਾ। ਹੋਰ ਵੀਰ ਜੀ, ਇੰਨੀ ਪਰੇਸ਼ਾਨੀ ਕਿਉਂ ਲਾਈ ਜੀ? ਅਜੇ ਆਇਆ ਕਿ ਨਹੀਂ ਹੈਪੀ? ਯਾਰ ਬਿਕਰਮ ਸਿੰਘ, ਤੂੰ ਹੀ ਦੱਸ, ਜਿਹਦੇ ਘਰੋਂ ਜਵਾਨ ਪੁੱਤ ਇੰਨੇ ਦਿਨਾਂ ਦਾ ਪਤਾ ਨਹੀਂ ਕਿੱਧਰ ਭੱਜਿਆ ਫਿਰਨ ਦਿਆ। ਤੈਨੂੰ ਤਾਂ ਸਾਰੀ ਗੱਲ ਦਾ ਪਤਾ ਹੀ ਆ ਕਿ ਸਰਪੰਚ ਜਿਹੜਾ ਦੂਜਾ ਸਾਡੀ ਪੰਚਾਇਤ ਦਾ, ਉਹ ਮੇਰੇ ਨਾਲ ਲੱਗਦਾ। ਮੇਰੀ ਤਾਂ ਹੁਣ ਥਾਣੇਦਾਰ ਸਾਹਿਬ ਦੇ ਨਾਲ ਵੀ ਗੱਲ ਹੋ ਗਈ। ਉਹ ਮੈਨੂੰ ਕਹਿੰਦਾ, ਸਰਪੰਚ ਜੀ ਤੁਸੀਂ ਚਿੰਤਾ ਨਾ ਲਓ, ਅਤੇ ਤੁਸੀਂ ਆਪਣਾ ਕਾਕਾ ਜਿਹੜਾ ਲੈ ਆਓ ਅਤੇ ਉਹਨੂੰ ਇੱਥੇ ਬਹਿ ਕੇ ਸਮਝਾ ਦਿਆਂਗੇ। ਹਾਂ ਬਿਕਰਮ ਸਿੰਘ, ਨੌ ਰਾਣੀ ਨੂੰ ਕਿੰਨੇ ਦਿਨ ਹੋ ਗਏ ਆ, ਉਹਦਾ ਵੀ ਕੋਈ ਪਤਾ ਨਹੀਂ ਲੱਗਿਆ। ਮੈਂ ਕਹਿੰਦਾ ਪਰਮਾਤਮਾ ਕਿਰਪਾ ਕਰੇ ਵੀ ਉਹ ਜਲਦੀ ਮੇਰੇ ਘਰ ਹੁਣ ਵੀ ਵਾਪਸ ਆ ਜਾਣ ਅਤੇ ਸਾਡੇ ਘਰ ਦੇ ਵਿੱਚ ਖੇੜੇ ਖੁਸ਼ੀਆਂ ਹੋ ਜਾਣ। ਲਓ ਭਾਅ ਜੀ, ਉਹ ਆ ਗਏ ਜੀ। ਗੁਰਪ੍ਰੀਤ, ਰਾਣੀ, ਆਹ ਵੇਖ ਕੌਣ ਆਇਆ। ਪਰਮਾਤਮਾ ਦਾ ਲੱਖ ਲੱਖ ਸ਼ੁਕਰਿਆ ਕਿ ਮੇਰਾ ਪਰਿਵਾਰ ਘਰ ਆਇਆ। ਸੱਚਿਆ ਪਾਤਸ਼ਾਹ, ਇਸ ਘਰ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖ। ਫਿਕਰ ਨਾ ਕਰ, ਤੇਰਾ ਚਾਚਾ ਤੇ ਤੇਰਾ ਪਿਓ ਤੇਰੇ ਨਾਲ ਹੈ। ਤੂੰ ਤੇ ਐਵੇਂ ਘਰੋਂ ਭੱਜ ਗਿਆ, ਤੇਰੇ ਨਾਲ ਸੀ ਅਸੀਂ, ਤੇਰੇ ਨਾਲ ਹੀ ਖੜੇ ਹੋਵਾਂਗੇ। ਤੂੰ ਬੇਕਸੂਰ ਆ, ਤੇਰਾ ਕੋਈ ਵਾਲ ਵੀ ਨਹੀਂ ਵਿੰਗਾ ਕਰ ਸਕਦਾ। ਵੀਰ ਤਾਂ ਗਿਆ ਸੀ ਭਾਬੀ, ਤੁਸੀਂ ਵੀ ਦਾਰਜੀ ਨੂੰ ਛੱਡ ਕੇ ਚੱਲ ਗਏ। ਹੁਣ ਅਸੀਂ ਆ ਗਏ ਆ ਨਾ, ਬਸ ਸਮਝ ਲੈ ਕੇ ਹੁਣ ਸਭ ਕੁਝ ਠੀਕ ਹੋ ਗਿਆ। ਘਬਰਾਇਆ ਨਾ ਕਰ, ਤੂੰ ਇੱਡੀ ਛੇਤੀ, ਬਹੁਤ ਛੇਤੀ ਘਬਰਾ ਜਾਂਦਾ। ਵੇਖ ਕਿੰਨੇ ਖੁਸ਼ ਲੱਗਦੇ ਨੇ ਹੁਣ ਸਾਰੇ ਘਰ ਵਾਪਸ ਆ ਗਏ ਤੁਸੀਂ।